ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ। ਮੇਕਅਪ ਨਹੀਂ ਅੱਜ ਮੈਂ ਕੀਤਾ, ਪਰ ਅੱਜ ਮੈਂ ਲਾਂਦੀ ਵਾਰੀ ਉਹ ਡੱਬੇ ਕੰਡਿਆ, ਮੈਂ ਕਿਹਾ ਯੈਲੋ ਨਾਲ ਰੈੱਡ ਕੋਂਬੀਨੇਸ਼ਨ ਇਜ਼ ਗੁੱਡ। ਮੇਰਾ ਨਾਂ ਜਿਵੇਂ ਮੈਂ ਦੱਸਿਆ ਕਿ ਮੈਂ ਸੋਚਣ ਡਈ ਹਾਂ ਕਿ ਜਦੋਂ ਏਜ ਹੁੰਦੀ ਆ ਮੈਂ ਮੋਟੀਵੇਟ ਕਰਨਾ ਚਾਹੁੰਦੀ ਹਾਂ ਸਭ ਨੂੰ ਇਸ ਚੀਜ਼। ਜੋ ਜਾਂ ਕੁੜੀਆਂ ਤਾਂ ਮੇਰੇ ਤੋਂ ਆਉਂਦੀਆਂ ਨੇ ਕਿ ਬਹੁਤ ਮੋਟੀਵੇਸ਼ਨ ਉਹਨਾਂ ਨੂੰ ਮਿਲਦੀ ਆ ਜੋ ਮੈਂ ਕਰਨ ਡਈ ਹਾਂ, ਅਤੇ ਉਹ ਜੰਗ ਉਮਰ 'ਚ ਪਜਾਮਾ ਪਾ ਕੇ ਬਹਿ ਜਾਣਾ ਚਾਹੁੰਦੀ ਹਾਂ ਘਰ, ਅਤੇ ਉਹ ਮਿਲਦੀ ਆ ਅਤੇ ਮੈਨੂੰ ਖੁਸ਼ੀ ਹੁੰਦੀ ਆ। ਪਰ ਮੈਂ ਚਾਹੁੰਦੀ ਹਾਂ ਕਿ ਜਿਹੜੇ ਮੇਰੇ ਹਮ ਉਮਰ ਲੋਕ ਹੈਗੇ ਆ ਜਿਹਨਾਂ ਨੇ ਛੱਡ ਦਿੱਤਾ ਵਾ ਸਾਰਾ ਕੁਝ ਆਪਣਾ ਹੱਥ ਪੱਲਾ, ਤਾਂ ਮੈਂ ਉਹਨਾਂ ਨੂੰ ਵੀ ਜਾਗਰਿਤ ਕਰਨਾ ਚਾਹੁੰਦੀ ਹਾਂ। ਮੈਂ ਉਹਨਾਂ ਨੂੰ ਵੀ ਚਾਹੁੰਦੀ ਹਾਂ ਕਿ ਮੈਂ ਕਿਸੇ ਦੀ ਵੀਡੀਓ ਸੁਣ ਰਹੀ ਹਾਂ ਤਾਂ ਉਹਨੇ ਕਿਹਾ ਕਿ ਦਿਮਾਗ ਬੜਾ ਥੋੜ੍ਹਾ ਉਮਰ ਜੋ ਹੋ ਜਾਂਦੀ, ਸ਼ਰਿੰਕ ਹੋ ਜਾਂਦਾ ਜਵਾਨੀ 'ਚ। ਇਹ ਗੱਲ ਦੱਸਾਂ, ਇਹੋ ਜਿਹਾ ਕੁਛ ਨਹੀਂ ਆ ਮੈਂ ਜੋ ਪਾ ਰਹੀ ਹਾਂ ਆਪਣੀ ਜ਼ਿੰਦਗੀ 'ਚ। ਮੈਂ ਨਾ ਬੜੇ, ਮੈਂ ਸਿਰਫ ਯੂਟਿਊਬ 'ਤੇ ਅਗਰ ਕਿਸੇ ਨੂੰ ਸੁਣਦੀ ਹੁੰਦੀ ਨਾ, ਮੈਂ ਸੰਦੀਪ ਪਰਮੇਸ਼ਵਰੀ ਨੂੰ ਸੁਣਦੀ, ਮੋਟੀਵੇਸ਼ਨ ਵੀਡੀਓ ਹੁੰਦੀਆਂ ਸੀ, ਬੜੇ ਵੀਡੀਓ ਵੇਖ ਕੇ ਮੈਂ ਸੋਚਿਆ ਕਿਤੇ ਮੈਨੂੰ ਵੀ ਕੁਛ ਮੋਟੀਵੇਟ ਕਰਨ ਲਈ ਹੋਵੇ ਨਾ। ਉਹਦੇ ਬਹੁਤ ਮਤਲਬ ਕਿ ਫੇਮਸ ਆਦਮੀ ਹੈਗਾ, ਪਰ ਇਹੀ ਬਹੁਤ ਉਹਦੀ ਬਹਾਦਰੀ ਹੈਗੀ ਹੈ ਕਿ ਉਹ ਫਰੀ ਆਪਣਾ ਟਾਈਮ ਕੱਢ ਕੇ ਆਪਣਾ ਖਰਚਾ ਕਰਕੇ ਅਤੇ ਜੰਗ ਲੋਕਾਂ ਨੂੰ ਸਿਖਾ ਰਿਹਾ। ਲੇਕਿਨ ਉਹਦੀ ਮੋਟੀਵੇਸ਼ਨ ਕਿਹਦੇ ਲਈ ਹੀ? ਜੰਗ ਲੋਕਾਂ ਲਈ। ਮੈਂ ਦਿਲ ਵਿੱਚ ਸੋਚਣਾ ਕੋਈ ਹੋਵੇ ਅਤੇ ਮੈਂ ਕੁਛ ਸਿੱਖ ਸਕਾਂ, ਇਹ ਤੋਂ ਮੈਂ ਕੁਛ ਕਰ ਸਕਾਂ, ਤਾਂ ਕੁਛ ਮੰਜ਼ਿਲ ਮਿਲ ਸਕੇ। ਪਰ ਨਾ, ਉਹਦੀ ਵੀ ਆ ਕੇ ਗੱਡੀ ਉੱਥੇ ਰੁਕ ਜਾਂਦੀ ਵੀ ਜੋ ਉਮਰ ਹੋ ਜਾਂਦੀ ਇੱਦਾਂ ਹੋ ਜਾਂਦੀ ਹੈ। ਪਰ ਮੈਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਮਤਲਬ ਕਿ ਸਾਬਤ ਕਰ ਦੇਣਾ ਚਾਹੁੰਦੀ ਹਾਂ ਕਿ ਕਿਸੇ ਉਮਰ ਦੀ ਗਿਣਤੀ ਦੇ ਨਾਲ 30 ਨਾਲ 40 ਨਾਲ 50 ਨਾਲ 60 ਨਾਲ 70 ਨਾਲ ਕਿਤੇ ਦਿਮਾਗ ਦੀ ਰੁਕਦੀ ਨਹੀਂ ਆ, ਗਤੀ ਉਹ ਨਹੀਂ ਹੁੰਦੀ ਆ। ਉਹਨੂੰ ਯੂਜ਼ ਕਿਵੇਂ ਕਰਨਾ ਉਹ ਤੁਹਾਡੇ 'ਤੇ ਆ, ਤੁਹਾਡੇ ਆਲੇ ਦੁਆਲੇ ਦੇ ਉੱਤੇ ਆ, ਤੁਹਾਡੇ ਸਮਾਜ 'ਤੇ। ਜਦੋਂ ਮੈਂ ਦੱਸਣਗੀ, ਮੈਂ ਸੰਦੀਪ ਪਰਮੇਸ਼ਵਰੀ ਦੀ ਇੰਨੀਆਂ ਵੀਡੀਓ ਵੇਖੀਆਂ, ਤਾਂ ਉਹਦੇ ਵਿੱਚ ਵੀ ਉਹਨਾਂ ਨੇ ਸਿਰਫ ਜੰਗ ਲੋਕਾਂ ਨੂੰ ਸੱਦਿਆ ਹੁੰਦਾ, ਜੰਗ ਬੱਚਿਆਂ ਨੂੰ ਸੱਦਿਆ ਹੁੰਦਾ। ਜੰਗ ਨੂੰ ਉਹ ਕਹਿੰਦੇ ਕਿ ਮੈਂ ਤੁਹਾਨੂੰ ਮੋਟੀਵੇਟ ਕਰਦਾ, ਤੁਸੀਂ ਵੱਧ ਤੋਂ ਵੱਧ ਪੈਸਾ ਕਮਾ ਸਕੋ, ਵੱਧ ਤੋਂ ਵੱਧ ਬਿਜਨਸ ਕਰ ਸਕੋ। ਜੰਗ ਵੱਡੀ ਉਮਰ 'ਚ ਆ ਕੇ ਤਾਂ ਉਹਨਾਂ ਨੇ ਵੀ ਹੱਥ ਮੈਂ ਵੇਖਿਆ ਖੜੇ ਕੀਤੇ, ਜਿਹੜਾ ਕਿ ਰੋਂਗ ਆ। ਮੈਂ ਇਸ ਚੀਜ਼ ਨੂੰ ਮੰਨਦੀ ਨਹੀਂ ਹਾਂ ਕਿ ਕਿਤੇ ਦਿਮਾਗ ਦੇ ਵਿੱਚ ਕੋਈ ਵੀ 1% ਨੌਲੇਜ ਦੇ ਵਿੱਚ ਕਮੀ ਹੁੰਦੀ ਆ, ਕਿ ਬਜ਼ੁਰਗ ਨੂੰ ਇਹੋ ਜਿਹਾ ਬਜ਼ੁਰਗ ਨਹੀਂ ਹੁੰਦਾ ਕਿ ਮਤਲਬ ਕਿ ਉਹ ਟਾਈਮ ਦੇ ਨਾਲ ਬਦਲਦਾ ਨਹੀਂ ਆ। ਮਤਲਬ ਕਿ ਮੈਂ ਜਿਵੇਂ ਚੱਲ ਰਹੀ ਹਾਂ, ਮੈਂ ਚੱਲ ਰਹੀ ਹੈਗੀ ਹਾਂ ਕਿ ਮੈਂ ਰੁਕੇ ਪਾਣੀ ਵਰਗੀ ਨਹੀਂ ਹਾਂ, ਮੈਂ ਚੱਲਦੇ ਹੋਏ ਪਾਣੀ ਵਰਗੀ ਹਾਂ। ਜਿਹੜਾ ਰੁਕ ਗਿਆ ਉਹ 'ਚੋਂ ਤਾਂ ਬੋਲਣ ਲੱਗ ਪੈਂਦੀ ਹਾਂ, ਮੈਂ ਚੱਲਦੇ ਹੋਏ ਪਾਣੀ ਵਰਗੀ ਹਾਂ। ਮੈਂ ਆਪਣੇ ਆਪ ਨੂੰ ਅਪਡੇਟ ਕਰਦੀ ਹਾਂ, ਮੈਂ ਆਪਣੇ ਆਪ ਨੂੰ ਜੋ ਇਹਨਾਂ ਨੇ ਅੱਜ ਦੀ ਜਨਰੇਸ਼ਨ ਨੇ, ਅੱਜ ਦੇ 16 ਸਾਲ ਦੇ 10 ਸਾਲ ਦੇ ਬੱਚੇ ਨੇ ਜੋ ਸਿੱਖਿਆ ਹੈਗਾ, ਮੈਂ ਸਾਰਾ ਕੁਛ ਆਪਣੇ ਆਪ ਸਿੱਖਦੀ ਹਾਂ, ਕਿਸੇ ਕੋਲ ਸਿੱਖ ਨਹੀਂ ਜਾਂਦੀ। ਉਹ ਆਉਂਦੇ ਨੇ ਵੀ ਅੱਜ ਦੇ ਬੱਚੇ ਆਪੇ ਸਿੱਖ ਲੈਂਦੇ ਆ, ਅਤੇ ਜਿਹਦੀ ਵੱਡੀ ਉਮਰ ਉਹ ਵੀ ਆਪੇ ਸਿੱਖ ਲੈਂਦਾ, ਕਿਸੇ ਕੋਲ ਕਲਾਸਾਂ ਨਹੀਂ ਲਾਉਂਦਾ ਅਤੇ ਜਾਂ ਉਹਨੂੰ ਘਰ ਵਿੱਚ ਕੋਈ ਨਹੀਂ ਸਿਖਾਉਂਦਾ। ਇਹ ਕਰਕੇ ਮੈਂ ਬਹੁਤ ਦੁਖੀ ਹੋਈ ਕਿ ਇਹਨਾਂ ਦੀ ਮੋਟੀਵੇਸ਼ਨ ਦੀਆਂ ਇੰਨੀਆਂ ਕਲਾਸਿਸ ਅਤੇ ਬੁੱਢਾ ਕਿਉਂ ਨਿਗਲੈਕਟ ਹੋ ਰਿਹਾ, ਜਿਹਦੀ ਉਮਰ 50 ਸਾਲ ਤੋਂ ਟੱਪ ਗਈ ਆ, ਉਹਦੀ ਕਿਉਂ ਨਹੀਂ ਇਹ ਵੈਲਿਊ ਕੋਈ ਗਿਣਦਾ, ਕਿਉਂ ਨਹੀਂ ਆ ਉਹਨਾਂ ਲਈ, ਕਿਉਂ ਨਹੀਂ ਕੋਈ ਮੋਟੀਵੇਸ਼ਨ ਕੋਈ ਚੀਜ਼ ਬਣਦੀ ਕਿ ਉਹ ਵੀ ਮੋਟੀਵੇਟ ਹੋਣ ਇਹਨਾਂ ਨੂੰ ਸੁਣ ਕੇ। ਪਰ ਉਹਨਾਂ ਲਈ ਕਹਿੰਦੇ ਵੀ ਨਹੀਂ ਕੁਛ ਹੈਗਾ, ਤੁਸੀਂ ਅੱਜ ਦੀ ਪੀੜ੍ਹੀ ਜੇ, ਅੱਜ ਦੇ ਨੌਜਵਾਨ ਜੇ, ਤੁਸੀਂ ਵੱਧ ਤੋਂ ਵੱਧ ਬਿਜਨਸ ਕਰੋ, ਬਸ ਪੈਸਾ ਪੈਸਾ ਚਾਹੇ ਸਰੀਰ ਵਿੱਚ ਕੇ ਲੈ ਲਓ, ਪੈਸਾ ਚਾਹੇ ਕਿੱਦਾਂ ਵੀ ਆ, ਮਤਲਬ ਕਿ ਵੱਧ ਤੋਂ ਵੱਧ ਝੂਠ ਦੇ ਨਾਲ ਕਮਾ ਲਓ, ਮਤਲਬ ਠਹਿਰਾ ਨਹੀਂ। ਅੱਜ ਦੀ ਮੋਟੀਵੇਸ਼ਨ ਸਪੀਚਾਂ ਦੇ ਵਿੱਚ ਵੀ ਠਹਿਰਾ ਨਹੀਂ, ਸਹਿਜ ਨਹੀਂ ਹੈਗਾ। ਜੋ ਅੱਜ ਵੀ ਚਾਹੀਦਾ ਸਹਿਜ ਅਤੇ ਪਹਿਲੋਂ ਵੀ ਸੀ, ਇਹ ਨਹੀਂ ਕਿ ਪਹਿਲੋਂ ਜ਼ਿਆਦਾ ਸੀ ਅਤੇ ਅੱਜ ਜ਼ਰੂਰਤ ਨਹੀਂ, ਇਸ ਸਹਿਜ ਦੀ ਇਸ ਠਹਿਰਾ ਦੀ ਜ਼ਰੂਰਤ ਹੈ। ਪੈਸਾ ਤਾਂ ਉਨਾ ਹੀ ਚਾਹੀਦਾ ਜਿੰਨਾ ਰੋਟੀ 'ਤੇ ਸਿਰ ਟੱਕਿਆ ਜਾਏ। ਇੰਨੀਆਂ ਮੋਟੀਵੇਸ਼ਨ ਦੇਣੀਆਂ, ਪਰ ਉਹਦੇ ਵਿੱਚ ਓਲਡ ਲੋਕ ਨਗਲੈਕਟ ਹੋਣੇ ਕਿ ਉਹਨਾਂ ਲਈ ਕੁਛ ਵੀ ਕਲਾਸ ਨਾ ਹੋਣੀ, ਉਹਨਾਂ ਲਈ ਕੁਛ ਨਹੀਂ ਕਰਨਾ। ਪਰ ਮੇਰੇ ਦਿਲ ਵਿੱਚ ਇਹ ਚੀਜ਼ ਹਮੇਸ਼ਾ ਹੀ ਆਉਂਦੀ ਆ ਕਿ ਮੈਂ ਲੋਕਾਂ ਨੂੰ, ਮੇਰੀ ਉਮਰ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਹੋ ਜਿਹਾ ਕੁਛ ਨਹੀਂ ਆ। ਜੇ ਤੁਹਾਨੂੰ ਕੁਛ ਕਹਿੰਦਾ ਵੀ ਆ ਨਾ ਕਿ ਦਿਮਾਗ ਸੁੰਗੜ ਜਾਂਦਾ, ਇਸ ਉਮਰ 'ਚ ਆ ਹੋ ਜਾਂਦਾ, ਜੋ ਜੰਗ ਆ ਉਹ ਤੇਜ਼ ਆ,
ਅਸੀਂ ਕੋਈ ਗੱਲ ਨਹੀਂ ਆ ਕਿਉਂਕਿ ਮੈਂ ਰੋਜ਼ ਹੀ ਤਜਰਬਾ ਕਰਦੀ ਹਾਂ ਜਿਹਦੇ ਨਾਲ ਮੇਰੇ ਨਾਲ ਕੰਮ ਕਰਦੇ ਆ 23 ਸਾਲ ਤੋਂ ਕੋਈ ਵੱਡੀ ਉਮਰ ਦਾ ਨਹੀਂ ਹੈ ਮੇਰੀ ਫਾਰਮਾਸਿਸਟ ਹੈਗੀ ਆ ਉਹਦੀ ਉਮਰ ਹੈਗੀ 47 ਮੇਰੇ ਤੋਂ ਸਾਰੇ ਛੋਟੇ ਨੇ ਉੱਥੇ ਅਤੇ ਜਿਹੜੀਆਂ ਕੁੜੀਆਂ ਮੇਰੇ ਨਾਲ ਕੰਮ ਕਰਦੀਆਂ ਟੈਕਨੀਸ਼ੀਅਨ ਉਹਨਾਂ ਦੀ ਉਮਰ 23 ਤੋਂ ਥੱਲੇ ਆ ਸਾਰਿਆਂ ਦੀ ਅਤੇ ਮੈਂ ਵੇਖਣ ਡਈ ਹੁੰਦੀ ਹਾਂ ਕਿ ਇੱਕ ਨਿੱਕੀ ਜਿਹੀ ਚੀਜ਼ ਦਾ ਦਿਮਾਗ ਨਹੀਂ ਉਹ ਲਾਉਣਾ ਜਾਣਦੇ ਅਤੇ ਜਦੋਂ ਮੈਂ ਕੁਛ ਕਰਕੇ ਉਹਨਾਂ ਨੂੰ ਦਿਖਾ ਦਿੰਦੀ ਹਾਂ ਤਾਂ ਉਦੋਂ ਕਹਿੰਦੇ ਉਹ ਪ੍ਰਦੀਪ ਤੁਹਾਨੂੰ ਬਹੁਤ ਸਮਾਰਟ ਆ ਤੈਨੂੰ ਬਹੁਤ ਨੌਲੇਜ ਹੈਗੀ ਆ ਫਿਰ ਮੈਂ ਤੇਰੇ ਤੋਂ ਸੋਚਦੀ ਹਾਂ ਕਿ ਅੱਜ ਦੇ ਜ਼ਮਾਨੇ ਦੀ ਅੱਜ ਦੇ ਪੜ੍ਹੇ ਲਿਖੇ ਬੱਚਿਆਂ ਦੀ ਇੱਥੇ ਇਸ ਮੁਲਕ 'ਚ ਜੰਮ ਕੇ ਅਤੇ ਤੁਹਾਡਾ ਦਿਮਾਗ ਕਿੱਥੇ ਆ ਮਤਲਬ ਕਿ ਹੁਣੇ ਪ੍ਰਕਿਪਸ਼ਨ ਨਾ ਪੜ੍ਹਿਆ ਕੰਪਿਊਟਰ ਦੇ ਉੱਤੇ ਅਤੇ ਲੈਣ ਗਏ ਤਾਂ ਉੱਥੇ ਜਾਂਦੇ ਭੁੱਲ ਜਾਂਦਾ ਇੱਥੋਂ ਮਤਲਬ ਕਿ ਕੰਪਿਊਟਰ ਤੋਂ ਰੀਡ ਕੀਤਾ ਨਾ ਉੱਥੋਂ ਬਿਨ ਤੱਕ ਲੈਣ ਜਾਣਾ ਵਾ ਉੱਥੋਂ ਤੱਕ ਜਾਂਦੇ ਆ ਕੁੜੀਆਂ ਨੂੰ ਨਾ ਚੇਤੇ ਭੁੱਲ ਜਾਂਦਾ ਕੁਛ ਚੇਤਾ ਨਹੀਂ ਔਰ ਮੈਂ ਮੇਰਾ ਦੂਸਰੇ ਬੰਦੇ ਮੂੰਹ ਆ ਮੈਨੂੰ ਆਪਣੇ ਵੀ ਪੇਸ਼ੈਂਟ ਦਾ ਨਾਮ ਯਾਦ ਹੈ ਤਾਂ ਉਹਨਾਂ ਦੇ ਦਾ ਵੀ ਯਾਦ ਹੈ ਮੈਂ ਪ੍ਰਾਊਡ ਨਹੀਂ ਕਰਨ ਡਈ ਮਤਲਬ ਕਿ ਹੰਕਾਰ ਨਹੀਂ ਪ੍ਰਾਊਡ ਕਰਨ ਡਈ ਹਾਂ ਮਤਲਬ ਕਿ ਹੰਕਾਰ ਨਹੀਂ ਕਰਨ ਡਈ ਮੈਂ ਇਹ ਕਹਿਣ ਡਈ ਹਾਂ ਕਿ ਮੇਰੀ ਉਮਰ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਕੋਈ ਦਿਮਾਗ ਦੀ ਗਤੀ ਨਹੀਂ ਰੁਕਦੀ ਦਿਮਾਗ ਦੀ ਗਤੀ ਉਦੋਂ ਰੁਕਦੀ ਹੈ ਜਦੋਂ ਤੁਹਾਨੂੰ ਕਿਸੇ ਨੇ ਕੋਨੇ 'ਚ ਬਣਾਇਆ ਬਿਠਾ ਦਿੱਤਾ ਨੈਗਲੈਕਟ ਕਰ ਦਿੱਤਾ ਤੁਹਾਡੀ ਕੋਈ ਵੈਲਿਊ ਨਾ ਜਾਣੀ ਤਾਂ ਉਹ ਤਾਂ 16 ਸਾਲ ਦੀ ਵੀ ਉਹ ਤਾਂ ਮੇਰੀ ਵੀ ਰੁਕੀ ਹੋਈ ਸੀ ਮੈਂ ਕਿਹਾ ਪਹਿਲਾਂ ਕੁਛ ਚਿਰ ਮੇਰੀ ਵੀ ਰੁਕੀ ਹੋਈ ਸੀ ਜਦੋਂ ਤੁਹਾਨੂੰ ਇਹ ਪੂਰੀ ਦੁਨੀਆ ਨੈਗਲੈਕਟ ਕਰਦੇ ਅਤੇ ਫਿਰ ਤੁਸੀਂ ਜਦੋਂ ਉੱਠਦੇ ਜੇ ਤਾਂ ਫਿਰ ਤੁਹਾਨੂੰ ਪਿੱਛੇ ਮੁੜ ਕੇ ਵੇਖਣ ਦੀ ਲੋੜ ਨਹੀਂ ਆ ਤਾਂ ਉਹ ਤਾਂ ਹੁਣ ਦੇ ਟਾਈਮ 'ਚ ਬਹੁਤ ਸਾਰੀਆਂ ਕੁੜੀਆਂ ਜਦੋਂ ਮੈਨੂੰ ਦੱਸਦੀਆਂ ਟਿਕਟੋਕ 'ਤੇ ਉਹ ਮਤਲਬ ਆਹ ਨਹੀਂ ਕਰ ਸਕਦੀਆਂ ਉਹ ਨਹੀਂ ਕਰ ਸਕਦੀਆਂ ਮਤਲਬ ਕਿ ਉਹਨਾਂ ਦੀ ਡਿਪਰੈਸ਼ਨ 'ਚ ਨੇ ਇੱਕ ਕੁੜੀ ਦਾ ਮੈਨੂੰ ਕਨੇਡਾ ਤੋਂ ਆਇਆ ਕਿ ਮੈਂ ਸੁਸਾਈਡ ਕਰਨ ਲੱਗੀ ਹਾਂ ਅਤੇ ਮੈਂ ਕਿਹਾ ਉਹ ਕਿਉਂ ਅਤੇ ਆਂਦੀ ਮੈਂ 23 ਸਾਲ ਦੀ ਹਾਂ ਅਤੇ ਸਮਝੌਤੇ ਨਾਲ ਸ਼ਾਦੀ ਕਰ ਲਈ ਅਤੇ ਮੈਂ ਕਿਹਾ ਕਿ ਉਦੋਂ ਤਾਂ ਚਲਾਕੀ ਮਾਰੀ ਸਮਝੌਤੇ ਨਾਲ ਮੈਂ ਹਮਦਰਦ ਨਹੀਂ ਉਸ ਕੁੜੀ ਦੀ ਹੋਈ ਕੋਈ ਜਿਹੜੀ ਸੁਸਾਈਡ ਕਰਨ ਲੱਗੀ ਮੈਨੂੰ ਕੋਈ ਹਮਦਰਦੀ ਨਹੀਂ ਮੈਨੂੰ ਇਸ ਕਰਕੇ ਹਮਦਰਦੀ ਨਹੀਂ ਆ ਕਿ ਉਦੋਂ ਤੂੰ ਸਮਝੌਤਾ ਕਰ ਲਿਆ ਵੀ ਉਹਦੇ ਕੋਲ ਆਊਂਗੀ ਅਤੇ ਸਾਰਾ ਕੁਝ ਅਡਾ ਕੇ ਸਾਰਾ ਕੁਛ ਕਰ ਲੂੰਗੀ ਹੁਣ ਕਿਸੇ ਬੰਨੇ ਪੇਸ਼ ਨਹੀਂ ਜਾਣ ਡਿਆ ਅਤੇ ਹੁਣ ਤੂੰ ਮਤਲਬ ਕਿ ਹੁਣ ਤੈਨੂੰ ਉਹ ਸਮਝੌਤਾ ਚੰਗਾ ਨਹੀਂ ਲੱਗਦਾ ਕਿਉਂਕਿ ਹੁਣ ਉਹ ਕਹਿੰਦੇ ਨੇ ਵੀ ਥੋੜ੍ਹਾ ਜਿਹਾ ਸਾਡੇ ਤਰੀਕੇ ਨਾਲ ਚੱਲ ਦੋ ਤੂੰ ਚੱਲਣਾ ਨਹੀਂ ਚਾਹੁੰਦੀ ਇਹ ਕਰਕੇ ਇਹਨਾਂ ਚੀਜ਼ਾਂ ਨੂੰ ਮੈਂ ਆਲੇ ਦੁਆਲੇ ਵੇਖਦਿਆਂ ਹੋਇਆਂ ਮੈਂ ਇਸ ਉਮਰ ਦੇ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ 20 ਸਾਲ ਦੇ ਬੰਦੇ ਦਾ ਵੀ ਦਿਮਾਗ ਖਲੋ ਸਕਦਾ ਜਦੋਂ ਉਹਨੂੰ ਨੈਗਲੈਕਟ ਕੀਤਾ ਜਾਵੇ ਘਰ ਉਹਨੂੰ ਬੇਇੱਜ਼ਤ ਕੀਤਾ ਜਾਵੇ ਅਤੇ ਉਹਦੀ ਕੋਈ ਵੈਲਿਊ ਨਾ ਲੈਣੀ ਜਾਵੇ ਤਾਂ ਉਹਦਾ ਵੀ ਖੋ ਜਾਵੇਗਾ ਇਹ ਨਹੀਂ ਆ ਕਿ 40, 50 ਜਾਂ 60 ਜਾਂ 70 ਸਾਲ ਤੋਂ ਬਾਅਦ ਤੁਹਾਡੇ ਦਿਮਾਗ ਦਾ ਸਟੋਪ ਹੋਣਾ ਕਦੀ ਨਹੀਂ ਸਟੋਪ ਹੋਣਾ ਚੱਲਦਾ ਰਹਿਣਾ ਹਾਂ ਥੋੜ੍ਹੇ ਤੁਹਾਡੀ ਕਮਜ਼ੋਰੀ ਆਉਂਦੀ ਆ ਥੋੜ੍ਹੇ ਸੈੱਲ ਵੀਕ ਹੁੰਦੇ ਆ ਪਰ ਉਹ ਵੀ ਜੇ ਤੁਸੀਂ ਆਪਣੇ ਆਪ ਨੂੰ ਬਣਾਈ ਰੱਖੋ ਤਾਂ ਕੁਛ ਨਹੀਂ ਹੁੰਦਾ ਇਹ ਕਰਕੇ ਕੀ ਬੇਟਾ ਮੈਂ ਰੋਜ਼ ਤੁਹਾਡੇ ਲਈ ਟੋਪਿਕ ਲੈ ਕੇ ਆਊਂਗੀ ਅਤੇ ਜਿਹੜੀ ਮੇਰੀ ਉਮਰ ਦੇ ਲੋਕ ਹੈ ਜਿਹੜੇ ਤੁਹਾਡੇ ਪੇਰੈਂਟਸ ਨੇ ਤੁਸੀਂ ਮੇਰੇ ਨਾਲ ਉਹਨਾਂ ਨੂੰ ਜੋੜੋ ਅਤੇ ਉਹ ਵੀ ਮੋਟੀਵੇਟ ਹੋਣ ਕਿ ਜ਼ਿੰਦਗੀ ਚੱਲਣ ਦਾ ਨਾਮ ਆ ਜਿੱਦਣ ਸੱਦਾ ਆਉਣਾ ਉੱਦਣ ਜਾਣਾ ਵਾ ਪਹਿਲਾਂ ਹੀ ਨਹੀਂ ਬਹਿ ਜਾਣਾ 40 ਅਤੇ 50 ਜਾਂ 60 ਸਾਲ ਦੀ ਉਮਰ ਵਿੱਚ ਛੱਡ ਕੇ ਕਿ ਹਾਂ ਅਸੀਂ ਚੱਲੇ ਹੁਣ ਮੰਨਣਾ ਹੀ ਆ ਹੁਣ ਅਸੀਂ ਸਿੱਖਣਾ ਕੀ ਆ ਅਤੇ ਤਾਂ ਹੀ ਉਹ ਫਿਰ ਅਗਲੇ ਕੋਈ ਕੇਅਰ ਨਹੀਂ ਕਰਦੇ ਫਿਰ ਬਿਮਾਰੀਆਂ ਇੰਨੀਆਂ ਲੱਗ ਜਾਂਦੀਆਂ ਹੈਗੀਆਂ ਅਤੇ ਤੁਸੀਂ ਇੰਨਾ ਆਪਣੀ ਸਿਹਤ ਦਾ ਖਿਆਲ ਰੱਖੋ ਆਪਣੇ ਪੇਰੈਂਟਸ ਦਾ ਖਿਆਲ ਰੱਖੋ ਅਤੇ ਕਿਸੇ ਨੂੰ ਇਹ ਨਾ ਫੀਲ ਕਰਾਓ ਕਿ ਉਹ ਜਿਹੜੀ ਜਿਹਦੀ ਉਮਰ ਆ ਉਹਦਾ ਦਿਮਾਗ ਘੱਟ ਹੋ ਜਾਂਦਾ ਦੂਜਿਆਂ ਦਾ ਜ਼ਿਆਦਾ ਕਿਉਂਕਿ ਮੇਰਾ ਤਜਰਬਾ ਤਾਂ ਇਹ ਕਹਿੰਦਾ ਕਿ ਦੂਜਿਆਂ ਦਾ ਨਹੀਂ ਹੁੰਦਾ ਨਾ ਹੈਗਾ ਹੀ ਆ ਇਸ ਟਾਈਮ ਦੇ ਵਿੱਚ ਬਿਨਾਂ ਪੈਸੇ ਤੋਂ ਨਹੀਂ ਕੁਛ ਵੀ ਹੈਗਾ ਸੋ ਉਹਨਾਂ ਦਾ ਦਿਮਾਗ ਪੈਸੇ ਤੱਕ ਹੀ ਘੁੰਮਦਾ ਪਰ ਗੱਲ ਹੈਗਾ ਜ਼ਿੰਦਗੀ 'ਚ ਠਹਿਰਾਵ ਤੁਹਾਡੇ ਦਿਮਾਗ ਦਾ ਸ਼ਾਰਪ ਹੋਣਾ ਦਿਮਾਗ ਦਾ ਹੈਲਥੀ ਹੋਣਾ ਉਹ ਜ਼ਿਆਦਾ ਜ਼ਰੂਰੀ ਹੈਗਾ ਇੱਕ ਸਿਰਫ ਪੈਸੇ ਦੇ ਪਿੱਛੇ ਹੀ ਇੱਦਾਂ ਲਾ ਕੇ ਤੀਜੀ ਅੱਖ ਲਾ ਕੇ ਬੈਠੇ ਰਹਿਣਾ ਉਹ ਵੀ ਕੋਈ ਜ਼ਿੰਦਗੀ ਨਹੀਂ ਹੈਗੀ ਇਸ ਕਰਕੇ ਜਦੋਂ ਤੁਸੀਂ ਕਿਸੇ ਬਜ਼ੁਰਗ ਨੂੰ ਮਿਲਦੇ ਹੋ